ਅੱਜ ਵੀਰ ਜੀ ਚਮਕੀਲਾ ਦੀ ਬਰਸੀ ਹੈ ਅਮਰ ਸਿੰਘ ਚਮਕੀਲਾ ਜੀ ਦੀ ਅਤੇ ਜਿੱਥੇ ਉਹਨਾਂ ਦੀ ਮੌਤ ਹੋਈ ਹੈ ਉੱਥੇ ਅਸੀਂ ਉਹ ਜਗ੍ਹਾ ਨੂੰ ਦੇਖਣ ਵਾਸਤੇ ਪਹੁੰਚੇ ਹਾਂ। ਇਹ ਜਿੱਥੇ ਤੁਸੀਂ ਦਰਖਤ ਦੇਖ ਰਹੇ ਹੋ ਆ ਬੈਂਗਣਾਂ ਦੇ ਬੂਟੇ ਐਂਡ ਅਮਰੂਦਾਂ ਦੇ ਬੂਟੇ, ਇੱਥੇ ਸਟੇਜ ਲੱਗੀ ਸੀਗੀ ਜਿਹੜੇ ਦੇਖਣ ਵਾਲੇ ਦੱਸਦੇ ਨੇ, ਇੱਥੇ ਸਟੇਜ ਸੀਗੀ। ਇਹ ਉਹ ਵਿਆਹ ਵਾਲਾ ਘਰ ਸੀ ਅਤੇ ਇਸ ਵੇਲੇ ਇੱਥੇ ਕੋਈ ਨਹੀਂ ਆ, ਇਹ ਘਰ ਵਾਲੇ ਵੀ ਕੈਨੇਡਾ ਰਹਿੰਦੇ ਆ। ਤੋ ਇੱਕ ਵੀਰ ਇੱਥੇ ਜਿਹੜਾ ਖੇਤੀਬਾੜੀ ਕਰਦਾ ਉਹਨੇ ਪਹਿਲਾਂ ਹੀ ਕਹਿੰਦਾ ਵੀਰੇ ਮੈਂ ਮੂਵੀ 'ਚ ਮੇਰੀ ਫੋਟੋ ਨਾ ਦਿਖਾਇਓ। ਮੈਂ ਕਿਹਾ ਠੀਕ ਹੈ ਭਾਈ, ਨਹੀਂ ਦਿਖਾਉਂਦੇ। ਉਹਨੇ ਸਾਰੇ ਇੱਥੋਂ ਦਾ ਸਾਨੂੰ ਦਿਖਾਇਆ ਅਤੇ ਇਹ ਉਹ ਘਰ ਹੈ, ਇੱਥੇ ਸਟੇਜ ਲੱਗੀ ਸੀਗੀ। ਔਰ ਉਹ ਮੁੰਡੇ ਦੇ ਦੱਸਣ ਮੁਤਾਬਕ ਇਹ ਜਿਹੜਾ ਉਹ ਰੋਡ ਹੈ, ਇਸ ਰੋਡ ਤੋਂ ਇਹ ਉਦੋਂ ਕੱਚਾ ਸੀਗਾ, ਹੁਣ ਬਾਅਦ ਦੇ ਵਿੱਚ ਪੱਕੀ ਸੜਕ ਬਣੀ ਹੈ। ਇਹਦੇ ਇਸ ਬੰਨੇ ਉਹ ਸਾਹਮਣੇ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਚੁਬਾਰਾ, ਉਹ ਚੁਬਾਰਾ ਜਿੱਥੇ ਉਹ ਰੈਸਟ ਕਰ ਰਹੇ ਸੀਗੇ ਅਮਰ ਸਿੰਘ ਚਮਕੀਲਾ ਦੇ ਅਮਰਜੋਤ ਜੀ, ਉੱਥੇ ਉਹਨਾਂ ਨੇ ਰੋਟੀ ਖਾਧੀ। ਉਸ ਤੋਂ ਬਾਅਦ ਇਸ ਜਗ੍ਹਾ 'ਤੇ ਆ ਕੇ ਉਹਨਾਂ ਨੇ ਪ੍ਰੋਗਰਾਮ ਲਾਉਣਾ ਸੀ। ਔਰ ਵੀਰ ਦੇ ਦੱਸਣ ਮੁਤਾਬਕ ਇਹ ਜਿਹੜੀ ਜਗ੍ਹਾ ਇਹ ਆਰਟ, ਅੱਜ ਦੀ ਤਰੀਕ 'ਚ ਇਸ ਆਰਟ ਦੇ ਇੱਥੇ ਹਰਜੀਤ ਗਿੱਲ ਨੂੰ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ, ਹਰਜੀਤ ਗਿੱਲ ਇਸ ਜਗ੍ਹਾ 'ਤੇ ਡਿੱਗਿਆ। ਅਤੇ ਇਹ ਜਿਹੜੀ ਹੁਣ ਪੱਕੀ ਸੜਕ ਬਣ ਗਈ ਹੈ ਇੱਧਰ ਨੂੰ ਮਹਿਸਮਪੁਰ ਕਲਾਂ ਪਿੰਡ ਹੈ ਜਲੰਧਰ ਜ਼ਿਲ੍ਹੇ ਦਾ, ਔਰ ਇੱਧਰ ਨੂੰ ਜਲੰਧਰ ਜ਼ਿਲ੍ਹੇ ਦਾ ਮਠੱਡਾ ਕਲਾਂ ਪਿੰਡ ਹੈ। ਇਸ ਰੋਡ ਦੇ ਇਹ ਉਦੋਂ ਕੱਚੀ ਸੀਗੀ, ਇਹਦੇ ਉੱਤੇ ਇਸ ਜਗ੍ਹਾ ਦੇ ਉੱਤੇ ਦੱਸਦੇ ਹੈ ਕਿ ਗੱਡੀ ਖੜ੍ਹੀ ਸੀਗੀ ਜਦੋਂ ਉਤਰੇ, ਅਤੇ ਉਹ ਇਸ ਜਗ੍ਹਾ ਦੇ ਉੱਤੇ ਆ ਸਾਡੇ ਭਾਈ ਜੀ ਬਲਦੇਵ ਸਿੰਘ ਜੀ ਸੱਤੋਵਾਲ ਵਾਲੇ, ਇਹ ਵੀ ਚਮਕੀਲਾ ਸਾਹਿਬ ਦੇ ਸਾਡੇ ਵਾਂਗ ਬੜੇ ਤਕੜੇ ਫੈਨ ਨੇ। ਇਸ ਜਗ੍ਹਾ 'ਤੇ ਉਹ ਸ਼ਰਧਾ ਦੇ ਫੁੱਲ ਪੇਂਟ ਕਰ ਰਹੇ ਨੇ ਚਮਕੀਲਾ ਸਾਹਿਬ ਨੂੰ। ਇਸ ਜਗ੍ਹਾ 'ਤੇ ਉਹਨਾਂ ਨੂੰ ਮਾਰਿਆ ਗਿਆ, ਗੋਲੀਆਂ ਮਾਰੀਆਂ ਗਈਆਂ। ਔਰ ਉਹ ਇੱਕ ਵੀਰ ਜਿਹੜਾ ਗਿਆ ਉਹਨੇ ਪਤਾ ਨਹੀਂ ਉਹਦੀ ਕੀ ਪ੍ਰੋਬਲਮ ਸੀ, ਉਹਨੇ ਪਹਿਲਾਂ ਕਹਿੰਦਾ ਮੇਰੇ ਮੂਵੀ 'ਚ ਨਾ ਲਿਓ, ਉਹ ਦੱਸ ਕੇ ਗਿਆ। ਉਹ ਵੀ ਕਹਿੰਦਾ ਮੈਂ ਛੋਟਾ ਸੀਗਾ, ਮੇਰੇ ਸਾਹਮਣੇ ਗੋਲੀਆਂ ਮਾਰੀਆਂ ਗਈਆਂ। ਉਹ ਮੁੰਡਾ ਦੱਸ ਰਿਹਾ ਸੀਗਾ, ਕਹਿੰਦਾ ਮੈਂ ਇਹ ਜਿੱਥੇ ਤੁਸੀਂ ਦੇਖ ਰਹੇ ਹੋ ਇਹ ਪੋਰਾ ਜਿਹੜਾ ਪਿਆ, ਇੱਥੇ ਕੁਰਸੀ 'ਤੇ ਕਹਿੰਦਾ ਮੈਂ ਬੈਠਾ ਸੀ ਅਤੇ ਜਦੋਂ ਗੋਲੀਆਂ ਮਾਰੀਆਂ ਫਿਰ ਉਹ ਇੱਧਰ ਨੂੰ ਪਿੱਛੇ ਨੂੰ ਇੱਧਰ ਨੂੰ ਕਹਿੰਦਾ ਅਸੀਂ ਭੱਜ ਗਏ। ਅਤੇ ਇਹ ਜਗ੍ਹਾ ਜੀ, ਔਰ 31 ਸਾਲ ਹੋ ਗਏ ਅਮਰ ਸਿੰਘ ਚਮਕੀਲੇ ਦੀ ਡੈਥ ਹੋਏ ਨੂੰ। ਔਰ ਉਹ ਵੀਰ ਘਰ ਵਾਲੇ ਦੱਸ ਰਹੇ ਨੇ ਕਿ ਸਵੇਰ ਦੇ 3-4 ਟੋਲੀਆਂ ਜਿਹੜੀਆਂ ਇੱਥੋਂ ਹੋ ਕੇ ਗਈਆਂ ਨੇ ਅੱਜ, ਜਿਹੜੇ ਇਸ ਜਗ੍ਹਾ ਨੂੰ ਦੇਖਣ ਵਾਸਤੇ ਸਿਰਫ ਆਉਂਦੇ ਨੇਗੇ। ਇੱਥੇ ਚਮਕੀਲੇ ਦਾ ਆਖਰੀ ਸਟੇਜ ਸੀ ਅਤੇ ਇਸ ਤੋਂ ਬਾਅਦ ਉਹ ਅਸੀਂ ਤੁਹਾਨੂੰ ਉਹ ਚੁਬਾਰੇ 'ਤੇ ਵੀ ਉੱਥੇ ਜਾ ਕੇ ਦਿਖਾਉਂਦੇ ਹਾਂ, ਚੱਲਦੇ ਹਾਂ ਉਹ ਉੱਥੇ ਸਾਰਾ ਉਹੀ। ਇੱਧਰ ਦੀ ਸਾਨੂੰ ਪੱਕੇ ਰਸਤੇ ਜਾਣਾ ਪਏਗਾ। ਆਖਰੀ ਟਾਈਮ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਠਹਿਰੇ, ਸਾਰਾ ਉਜਾੜ ਪਈ ਹੈ ਇਸ ਵੇਲੇ ਇੱਥੇ। ਉਹ 1969 ਦੇ ਵਿੱਚ ਦਾ ਬਣਿਆ ਹੋਇਆ ਚੁਬਾਰਾ, ਉੱਪਰ ਚੱਲਦੇ ਹਾਂ ਜੀ ਅੱਜ। ਮੈਨੂੰ ਲੱਗਦਾ ਫੋਟੋ ਵੀ ਉਸੇ ਟਾਈਮ ਦੀਆਂ, ਇੱਥੇ ਗਿੱਲ ਨੇ ਪੈਸੇ ਲਏ ਉਹਨਾਂ, ਜਿਹੜਾ ਬੁਕਿੰਗ ਕਲਰਕ ਸੀਗਾ ਹਰਜੀਤ ਗਿੱਲ, ਇੱਥੇ ਪੈਸੇ ਲਏ ਔਰ ਇੱਥੇ ਹੀ ਉਹਨਾਂ ਨੇ ਰੋਟੀ ਖਾਧੀ ਇੱਥੇ ਬਾਹਰ ਬੈਠੇ। ਵਾਹ ਜੀ, ਇੱਥੇ ਇੱਥੇ ਮੰਜਾ ਪਾਇਆ ਇੱਥੇ ਵੀ ਤੁਸੀਂ, ਅੱਜ ਦਾ ਦਿਨ ਹੀ ਅੱਜ ਦਾ ਟਾਈਮ ਹੀ 8 ਮਾਰਚ, ਅੱਜ ਤੋਂ ਠੀਕ 31 ਸਾਲ ਪਹਿਲਾਂ, 31 ਸਾਲ ਪਹਿਲਾਂ ਇੱਥੇ ਅੱਜ ਦੇ ਟਾਈਮ ਹੁਣ ਇਹੀ ਟਾਈਮ ਹੋਏਗਾ ਸ਼ਾਇਦ, ਇਹੋ ਹੀ ਹੋਇਆ ਟਾਈਮ ਆ ਗਏ, 2 ਘੰਟੇ ਪਹਿਲਾਂ ਆ ਗਏ ਸੀ ਉਹ ਨੇੜਾ ਸੀ ਨਾ। ਹਾਂਜੀ, ਮੇਰੇ ਹਿਸਾਬ ਨਾਲ ਮੇਰੇ ਖਿਆਲ 1:30 ਵਜੇ ਅਖਾੜਾ ਲੱਗਣਾ ਸੀ, 1:30 ਵਜੇ ਲੱਗਣਾ ਸੀ, 12 ਵਜੇ ਚੱਲੇ ਸਾਢੇ 4। ਹਾਂਜੀ, ਇਸ ਵੇਲੇ ਇੱਥੇ ਬੈਠੇ ਰੋਟੀ ਖਾ ਰਹੇ ਸੀਗੇ ਅੱਜ ਤੋਂ 31 ਸਾਲ ਪਹਿਲਾਂ।
8 मार्च 1988 ਨੂੰ ਔਰ ਇੱਥੋਂ ਦੇਖਦੇ ਆ ਉਹ ਸਾਹਮਣੇ ਜਿਹੜਾ ਘਰ ਦਿਖ ਰਿਹਾ ਜਿਹੜਾ ਤੁਹਾਨੂੰ ਆਪਾਂ ਅੱਜ ਦੇ ਦਿਨ ਹੈ ਦਿਖਾਇਆ ਉਸ ਘਰ ਦੇ ਵਿੱਚ ਪ੍ਰੋਗਰਾਮ ਵਿਆਹ ਸੀਗਾ ਉਹ ਪਰੇ ਹੁਣ ਪੱਕੀ ਸੜਕ ਬਣ ਗਈ ਆ ਉੱਤੇ ਉਹ ਗੱਡੀਆਂ ਆ ਰਹੀਆਂ ਮਹਿਸਮਪੁਰ ਕਲਾਂ ਤੋਂ ਮਠੱਡੇ ਨੂੰ ਜਾਣ ਵਾਲੀ ਸੜਕ ਜਿਹੜੀ ਹੈ ਫਿਲੌਰ ਨੂੰ ਜਾਣ ਵਾਲੀ ਉਹਦੇ 'ਤੇ ਹੈ ਅਤੇ ਇੱਕ ਇਤਿਹਾਸਿਕ ਸਥਾਨ ਬਣ ਚੁੱਕਾ ਕਿਉਂਕਿ ਉਹ ਘਰ ਵਾਲਿਆਂ ਦੇ ਦੱਸਣ ਮੁਤਾਬਕ ਇੱਥੇ ਸਵੇਰ ਦੇ 3-4 ਟੋਲੀਆਂ ਜਿਹੜੀਆਂ ਅੱਜ ਸਵੇਰ ਦੀਆਂ ਇੱਥੋਂ ਇਹ ਜਗ੍ਹਾ ਨੂੰ ਦੇਖ ਕੇ ਗਈਆਂ ਨੇ ਔਰ ਭਾਅ ਜੀ ਬਲਦੇਵ ਸਿੰਘ ਜੀ ਸੱਤ ਵਾਲਾ ਹੈ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਵੀ ਇਸ ਜਗ੍ਹਾ 'ਤੇ ਆਇਆ ਔਰ ਇਹ ਦੇਖਿਆ ਅਤੇ ਚੁਬਾਰੇ ਨੂੰ ਉਹਨਾਂ ਹੋਇਆ ਉਹੀ ਸਾਂਭਿਆ ਹੋਇਆ ਜੀ ਟਾਈਮ ਟਾਈਮ ਦੀ ਗੱਲ ਆ ਜੀ ਚਲੋ ਜੀ ਅਤੇ ਹੁਣ ਆਪਾਂ ਚੱਲਦੇ ਹਾਂ ਜਿੱਥੇ ਉਹਨਾਂ ਦੀ ਯਾਦ 'ਚ ਮੇਲਾ ਲੱਗਾ ਦੁੱਗਰੀ ਇੱਥੋਂ ਕੋਈ 25-35-40 ਮਿੰਟ ਦਾ ਰਸਤਾ ਓਕੇ ਜੀ